वाहिगुरु जी का खालसा, वाहिगुरु जी की फतेह। अज जी अपने जीरी बढ़ूगी, अपनी जीरी चंगी तरह नाल पक गई है जी। हुण अपने रणजोत ते कुदरत ते इहदे पापा, दोनों पापा ट्रैक्टर लेके खेतों में आए हुए हैं जी। हुण आपां जी मोटर वाली जीरी बढ़ावांगे अपनी। हले अपनी परा नदी पार भी खड़ी है जी, जीरी हले बढ़न नूं आप उधर भी बढ़ावांगे जी। हुण अपनी मशीन आ गई है जी। रंजोत अपना ट्रैक्टर लेके जा रही है। ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਸ਼ੌਕ ਹੁੰਦਾ ਹੈ ਜੀ, ਜਦੋਂ ਵੀ ਆਪਣੇ ਖੇਤ ਦੇ ਵਿੱਚ ਮਸ਼ੀਨ ਆਉਂਦੀ ਹੈ ਕੁਦਰਤ ਨੂੰ ਬਹੁਤ ਹੀ ਜ਼ਿਆਦਾ ਚਾਅ ਹੁੰਦਾ ਹੈ, ਕਹਿੰਦਾ ਮੰਮਾ ਮੈਂ ਵੀ ਖੇਤ ਵਿੱਚ ਜਾਣਾ। ਪਾਪਾ ਨੂੰ ਪਹਿਲਾਂ ਹੀ ਕਹਿ ਦਿੰਦਾ ਹੈ ਜੀ, ਪਾਪਾ ਜੇ ਤੁਸੀਂ ਖੇਤਾਂ ਵਿੱਚ ਜਾਓਗੇ ਮੈਨੂੰ ਨਾਲ ਲੈ ਕੇ ਜਾਇਓ। ਛੋਟੇ ਬੱਚਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਚਾਅ ਹੁੰਦਾ ਹੈ ਜੀ, ਜਦਕਿ ਇਹਨਾਂ ਦਾ ਕੰਮ ਵੈਸੇ ਹੁੰਦਾ ਨਹੀਂ ਹੈਗਾ ਖੇਤ ਵਿੱਚ, ਪਰ ਬੱਚੇ ਸਭ ਤੋਂ ਪਹਿਲਾਂ ਹੀ ਜਾਂਦੇ ਨੇ। ਆਹ ਦੇਖੋ ਜੀ ਆਪਣੀ ਬਹੁਤ ਹੀ ਸੋਹਣੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੀ ਜੀਰੀ ਹੈ ਜੀ ਸੱਚੇ ਪਾਤਸ਼ਾਹ ਦੀ। ਆਪਾਂ ਜਿੰਨਾ ਬਾਬਾ ਜੀ ਦਾ ਸ਼ੁਕਰ ਕਰੀਏ ਉਹਨਾਂ ਥੋੜ੍ਹਾ ਹੈ ਜੀ। ਆਪਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਸਭ 'ਤੇ ਮਿਹਰ ਰੱਖੀ, ਸਭ ਦੀ ਜੀਰੀ ਵਧੀਆ ਨਿਕਲੇ। ਹੁਣ ਜੀ ਆਪਣੀ ਜੀਰੀ ਵੜ ਕੇ ਘਰ ਆ ਗਈ, ਆਪਾਂ ਸਵੇਰੇ ਮੰਡੀ ਵਿੱਚ ਲੈ ਕੇ ਜਾਵਾਂਗੇ ਜੀ। ਹੁਣ ਜੀ ਆਪਾਂ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਏ ਹਾਂ। ਆਪਾਂ ਜੀ ਰਾਜਪੁਰੇ ਲੈ ਕੇ ਆਏ ਹਾਂ ਜੀ ਮੰਡੀ ਵਿੱਚ ਫਸਲ ਨੂੰ। ਦੇਖੋ ਜੀ ਕਿੰਨੀ ਜ਼ਿਆਦਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਕਿਸਾਨਾਂ ਨੂੰ, ਇਹਾਂ ਸਪਰੇਹਾਂ ਕਰਦੇ ਹਾਂ ਜੀ, ਫਿਰ ਇਹਨੂੰ ਮੰਡੀ ਵਿੱਚ ਲੈ ਕੇ ਆਉਂਦੇ ਹਾਂ। ਆਪਾਂ ਦਿਨ ਰਾਤ ਜਾਗ ਕੇ ਜੀ ਆਪਣੀ ਫਸਲ ਨੂੰ ਕੁੱਤਾ ਵਾਂਗੂ ਪਾਲਦੇ ਹਾਂ ਜੀ, ਜਦੋਂ ਫਿਰ ਇਹਦੀ ਕਦਰ ਨਹੀਂ ਹੁੰਦੀ ਹੈਗੀ। ਹੁਣ ਦੇਖੋ ਹਰਿਆਣੇ ਵਿੱਚ ਤਾਂ ਵਿਕ ਨਹੀਂ ਰਹੀ ਹੈਗੀ ਜੀ, ਹੁਣ ਪੰਜਾਬ ਵਿੱਚ ਵਿਕ ਰਹੀ ਹੈ।
अंबाले साइड तो विक नहीं रही हैगी जी, हुण आपां राजपुरे साइड लैके आए हैं, राजपुरे विक रही है जी। देख के खिला दे, राम ते राम ते राम ते बस। वाहेगुरु जी का खालसा, वाहेगुरु जी की फतेह।